ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਯਾਰਵਿੰਦਰ ਸਿੰਘ ਬਰਾੜ ਵੱਲੋਂ ਜੀ ਅਮੀਰ ਕਾਰਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਮ ਹੋਗੇ ਕੱਲ ਨੂੰ ਤਰੀਕ ਹੈਗੀ ਹੈ ਜੀ 9 ਅਗਸਤ ਤੇ ਕੱਲ ਤੋਂ ਪਾਸ ਸੈਨੀਟਰੀ ਜ਼ਰੂਰੀ ਹੋ ਜਾਣਾ ਹੈ ਰੈਸਟੋਰੈਂਟ ਬਾਰ ਕੈਫੇ ਤੇ ਲੰਬੇ ਸਫ਼ਰ ਵਾਸਤੇ ਜੇਕਰ ਤੁਸੀਂ ਨਾਰਮਲ ਕਮਾਕਾਰਾਂ ਦੇ ਉੱਪਰ ਜਾਣੇ ਤੁਹਾਨੂੰ ਪਾਸ ਦੀ ਜ਼ਰੂਰਤ ਨਹੀਂ ਹੈਗੀ ਕਹਿਣ ਦਾ ਮਤਲਬ ਕਿ ਮੈਟਰੋ ਬੱਸ ਟ੍ਰੇਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਾਸ ਦੀ ਜ਼ਰੂਰਤ ਨਹੀਂ ਹੈਗੀ ਫਰਾਂਸ ਦੇ ਸਿਹਤ ਮੰਤਰੀ ਵੱਲੋਂ ਅੱਜ ਐਲਾਨ ਆਇਆ ਹੈ ਕਿ ਜੇਕਰ ਤੁਸੀਂ ਵੈਕਸੀਨ ਨਹੀਂ ਲਗਵਾਈ ਤੁਹਾਡੇ ਕੋਲੇ ਪਾਸ ਸੈਨੀਟੇਰ ਨਹੀਂ ਹੈਗਾ ਤਾਂ ਤੁਸੀਂ ਟੈਸਟ ਕਰਵਾ ਸਕਦੇ ਹੋ ਪੀਸੀਆਰ ਤੇ ਐਂਟੀਜਨਿਕ ਪੀਸੀਆਰ ਟੈਸਟ ਤੁਸੀਂ ਕਰਵਾਉਂਗੇ ਤਾਂ ਤੁਹਾਡਾ ਉਹ ਟੈਸਟ ਜਿਹੜਾ 72 ਘੰਟੇ ਵੈਲਿਡ ਮੰਨਿਆ ਜਾਊਗਾ ਯਾਨੀ ਕਿ 3 ਦਿਨ ਤੁਹਾਡਾ ਉਹ ਟੈਸਟ ਚੱਲੂਗਾ ਤੁਸੀਂ ਉਸ ਦੇ ਨਾਲ ਰੈਸਟੋਰੈਂਟ ਚ ਵੀ ਜਾ ਸਕਦੇ ਹੋ ਬਾਰ ਦੇ ਵਿੱਚ ਕੈਫੇ ਚ ਡਿਸਕੋ ਦੇ ਵਿੱਚ ਭੀੜ ਭੜੱਕੇ ਵਾਲੀ ਜਗ੍ਹਾ ਤੇ ਵੀ ਜਿੱਥੇ ਵੀ ਕੰਟਰੋਲ ਹੋ ਰਿਹਾ ਹੋਊਗਾ ਤੁਸੀਂ ਇਹ ਟੈਸਟ ਦਿਖਾ ਕੇ ਤੁਹਾਨੂੰ ਐਂਟਰੀ ਮਿਲੇਗੀ ਜੇਕਰ ਤੁਸੀਂ ਲੰਬੇ ਸਫ਼ਰ ਤੇ ਜਾਣਾ ਤਾਂ ਵੀ ਤੁਹਾਨੂੰ ਜਿਹੜੀ ਕਿ ਐਂਟਰੀ ਮਿਲੇਗੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਰੈਪਿਡ ਜਿਹੜਾ ਟੈਸਟ ਹੈ ਐਂਟੀਜਨਿਕ ਉਹੋ ਕਰਵਾਉਣਾ ਤੇ ਉਹ ਤੁਹਾਡਾ 2 ਦਿਨ ਯਾਨੀ ਕਿ 48 ਘੰਟੇ ਉਹ ਵੈਲਿਡ ਵੈਲਿਡ ਮੰਨਿਆ ਜਾਊਗਾ ਜਿਨ੍ਹਾਂ ਕੋਲ ਪਾਸ ਹੈਗਾ ਉਹ ਤਾਂ ਵੈਲਿਡ ਹੈਗਾ ਹੀ ਆ ਫਰਾਂਸ ਦੇ ਕਾਫੀ ਪਿੰਡਾਂ ਦੇ ਵਿੱਚ 마ਸਕ ਜਿਹੜਾ ਲਗਾਉਣਾ ਉਸ ਨੂੰ ਜ਼ਰੂਰੀ ਕੀਤਾ ਜਾ ਰਿਹਾ ਹੈ ਪਹਿਲਾਂ ਫਰਾਂਸ ਦੇ ਵਿੱਚ ਐਲਾਨ ਆਇਆ ਸੀਗਾ ਕਿ ਖੁੱਲੀ ਹਵਾ ਦੇ ਵਿੱਚ 마ਸਕ ਨਾ ਲਗਾਓ ਭੀੜ ਵਾਲੀ ਜਗ੍ਹਾ ਤੇ ਲਗਾਓ ਸਟੋਰਾਂ ਦੇ ਵਿੱਚ ਲਗਾਓ ਜਾਂ ਲੇਨ ਦੇ ਵਿੱਚ ਖੜੇ ਹੋ ਤਾਂ ਲਗਾਓ ਤੇ ਹੁਣ ਕੇਸ ਵੱਧ ਰਹੇ ਨੇ ਇਸੇ ਕਰਕੇ ਗਵਰਨਮੈਂਟ ਨੇ ਦੁਬਾਰਤੋਂ ਐਲਾਨ ਕੀਤਾ ਹੈ ਕਿ 마ਸਕ ਲਗਾਉਣਾ ਜਿਹੜਾ ਕਿ ਜ਼ਰੂਰੀ ਹੈ ਹਰ ਇੱਕ ਵਾਸਤੇ ਅਲੱਗ-ਅਲੱਗ ਪਿੰਡਾਂ ਦੀਆਂ ਮੈਰੀਆਂ ਡਿਸੀਜਨ ਲੈ ਰਹੀਆਂ ਨੇ ਉਸੇ ਹਿਸਾਬ ਦੇ ਨਾਲ ਪਿੰਡ ਦੀ ਜਿਹੜੀ ਪਾਪੂਲੇਸ਼ਨ ਆ ਓਹੋ ਰੂਲ ਫਾਲੋ ਕਰ ਰਹੀ ਆ ਪੈਰਸ ਫਰਾਂਸ ਦੇ ਵਿੱਚ ਪਾਸ ਸੈਨੀਟੇਰ ਨੂੰ ਲੈ ਕੇ ਸ਼ਨੀਵਾਰ ਨੂੰ ਵੱਖ-ਵੱਖ ਜਗ੍ਹਾ ਦੇ ਉੱਪਰ ਫਰਾਂਸ ਦੇ ਜਿੰਨੇ ਵੀ ਸ਼ਹਿਰ ਪੈਂਦੇ ਨੇ ਲੋਕ ਇਕੱਠੇ ਹੋਏ ਸੀ ਹਰ ਵਾਰ ਦੀ ਤਰ੍ਹਾਂ ਜਿੱਦਾਂ ਵੀ ਹਰ ਸ਼ਨੀਵਾਰ ਲੋਕ ਇਕੱਠੇ ਹੁੰਦੇ ਨੇ ਇਸ ਕੀ ਵਾਰ ਚੌਥਾ ਵੀਕਐਂਡ ਸੀਗਾ ਕਿ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਕਈ ਜ਼ਿਆਦਾ ਸੀ ਕਿ ਲੋਕ ਲੱਖਾਂ ਦੇ ਹਿਸਾਬ ਦੇ ਨਾਲ ਕਿਆ ਜਾ ਰਹਾ ਹੈ ਕਿ ਇੱਕ ਜਗ੍ਹਾ ਦੇ ਉੱਪਰ ਲੋਕ ਇਕੱਠੇ ਹੋਏ 237000 ਲੋਕ ਜਿਹੜਾ ਕਿ ਲੋਕਾਂ ਦਾ ਇਕੱਠ ਉੱਥੇ ਕਾਊਂਟ ਕੀਤਾ ਗਿਆ ਤੇ ਗਵਰਨਮੈਂਟ ਜਿਹੜਾ ਹੈ ਕਿ ਆਪਣੇ ਬਿਆਨ ਦੇ ਉੱਪਰ ਡਟੀ ਹੋਈ ਹੈ ਕਿ ਉਹਨਾਂ ਨੇ ਕੈਲੰਡਰ ਬਣਾ ਦਿੱਤਾ ਹੈ ਤੇ ਆਹ ਜਿਹੜਾ ਟੈਸਟ ਆ ਪੀਸੀਆਰ ਇਹਦਾ ਵੀ ਹੁਣ ਉਹਨਾਂ ਨੇ ਕਹਿ ਦਿੱਤਾ ਹੈ ਕਿ ਰੰਬੋਰਸ ਨੂੰ ਇੰਸ਼ੋਰੈਂਸ ਮਲਾਦੀ ਵਾਲੇ ਕਰਨਗੇ ਪਹਿਲਾਂ ਇਸ ਦਾ ਹਟਾ ਦਿੱਤਾ ਗਿਆ ਸੀ ਹੁਣ ਇਸੇ ਇਕੱਠ ਨੂੰ ਦੇਖਦੇ ਹੋਏ ਉਹਨਾਂ ਨੇ ਕਹਿਤਾ ਕਿ ਤੁਸੀਂ ਜੇ ਵੈਕਸੀਨ ਨਹੀਂ ਲਗਵਾਉਣੀ ਤਾਂ ਨਾ ਲਗਵਾਓ ਤੁਸੀਂ ਟੈਸਟ ਕਰਵਾ ਕੇ ਹੀ ਆਪਣਾ ਜਿੱਥੇ ਵੀ ਤੁਸੀਂ ਜਾਣਾ ਹੈ ਜਾ ਸਕਦੇ ਹੋ ਟੋਕੀਓ ਦੇ ਵਿੱਚ 올림픽 ਖੇਡਾਂ ਹੋ ਰਹੀਆਂ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਸੀਗਾ 2020 ਦੀਆਂ ਸੀਗੀਆਂ ਕਰੋਨਾ ਕਰਕੇ ਹੋਈਆਂ ਨਹੀਂ 2021 ਦੇ ਵਿੱਚ ਹੋਈਆਂ ਨੇ ਤੇ ਅੱਜ ਇਹਨਾਂ ਖੇਡਾਂ ਦਾ ਲਾਸਟ ਦਿਨ ਸੀਗਾ ਤੇ ਹੁਣ 2024 ਦੇ ਵਿੱਚ ਇਹ ਪੈਰਿਸ ਦੇ ਵਿੱਚ ਫਰਾਂਸ ਦੇ ਵਿੱਚ 올림픽 ਖੇਡਾਂ ਹੋਣ ਗਈਆਂ ਤਿੰਨ ਸਾਲਾਂ ਬਾਅਦ ਇਸ ਕਰਕੇ ਪੈਰਿਸ ਦੇ ਵਿੱਚ ਹਰ ਜਗ੍ਹਾ ਤੇ ਤਰਾਵੋ ਚੱਲ ਰਹੀ ਹੈ ਇਸ ਨੂੰ ਹੋਰ ਵੀ ਖੂਬਸੂਰਤ ਬਣਾਉਣ ਵਾਸਤੇ ਤੁਸੀਂ ਦੇਖਿਆ ਹੋਊਗਾ ਕਿ ਹਰ ਜਗ੍ਹਾ ਤੇ ਹੀ ਤਰਾਵੋ ਚੱਲ ਰਹੀ ਹੈ ਤੇ ਇਹਨਾਂ ਦਾ ਮਤਲਬ ਕਿ ਆਉਣ ਵਾਲੇ 3 ਸਾਲ ਨੇ ਫਰਾਂਸ ਕੋਲੇ ਸਾਰੀਆਂ ਤਿਆਰੀਆਂ ਕਰਨ ਵਾਸਤੇ 올림픽 ਦੀਆਂ ਤੇ ਇਹਦੇ ਵਿੱਚ ਹੋਰ ਵੀ ਸਹੂਲਤਾਂ ਜਿਹੜੀਆਂ ਡਿਵੈਲਪ ਹੋਣਗੀਆਂ ਫਰਾਂਸ ਦੇ ਵਿੱਚ ਤਾਂ ਜਿਹੜਾ ਵੀ ਟੂਰਿਸਟ ਘੁੰਮਣ ਆਊਗਾ ਉਦੋਂ 올림픽 ਦੇ ਟਾਈਮ ਹਨ ਟੋਕੀਓ ਦੇ ਵਿੱਚ ਖੇਡਾਂ ਦੇ ਦੌਰਾਨ ਲੋਕ ਗਏ ਨਹੀਂ ਹੈਗੇ ਸਿਰਫ ਕੋਚ ਤੇ ਖਿਡਾਰੀ ਗਏ ਸੀਗੇ ਪਰ 2024 ਦੇ ਵਿੱਚ ਦੁਨੀਆ ਪੂਰੇ ਤਰੀਕੇ ਨਾਲ ਖੁੱਲ ਜਾਣੀ ਆ ਉਦੋਂ ਬਹੁਤ ਜ਼ਿਆਦਾ ਟੂਰਿਸਟ ਆਉਣ ਦੀ ਉਮੀਦ ਪੈरिस ਫਰਾਂਸ ਦੇ ਵਿੱਚ ਹੈਗੀ ਆ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਵੀ ਜਿਹੜਾ ਕਿ ਡਿਵੈਲਪਮੈਂਟ ਸ਼ੁਰੂ ਹੋ ਚੁੱਕੀ ਆ ਉੱਥੇ ਵੀ ਜਿਹੜੀਆਂ ਫਾਸਟ ਟ੍ਰੇਨਾਂ ਚਲਾਈਆਂ ਦੇ ਚਲਾਈਆਂ ਜਾ ਰਹੀਆਂ ਨੇ ਉਹਨਾਂ ਦੀ ਪਲੈਨਿੰਗ ਬਣ ਚੁੱਕੀ ਆ ਕਿਉਂਕਿ ਹੋਟਲ ਸਾਰੇ ਪਾਸੇ ਪਾਰਨੇਗੇ ਤੇ ਹੋਰ ਵੀ ਜਿਹੜਾ ਕਾਫੀ ਜਿਹੜਾ ਬਿਜ਼ਨਸ ਨੂੰ ਵੀ ਜਿਹੜਾ ਕਿ ਇੱਕ ਵਾਰ ਜੰਪ ਮਿਲੂਗਾ 올림픽 ਖੇਡਾਂ ਹੋਣ ਦੇ ਨਾਲ ਟੋਕੀਓ ਦੇ ਵਿੱਚ ਜਿਹੜੀਆਂ 올림픽 ਖੇਡਾਂ ਹੋਈਆਂ ਨੇ ਉਸ ਦੇ ਵਿੱਚ ਮੈਡਲ ਜਿੱਤਣ ਵਾਸਤੇ ਜਿਹੜੀਆਂ ਕੰਟਰੀਆਂ ਨੇ ਹਿੱਸਾ ਲਿਆ ਤੇ ਉਹਨਾਂ ਦੀ ਲਿਸਟ ਛੋਟੀ ਜੀ ਬਣਾਈ ਹੈ ਮੈਂ 10 ਕੰਟਰੀਆਂ ਦੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਤਗਮੇ ਜਿੱਤੇ ਨੇ ਇਸ ਮੈਡਲ ਜਿੱਤੇ ਨੇ ਇਸ 올림픽 ਖੇਡਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੈ ਜੀ ਅਮਰੀਕਾ ਅਮਰੀਕਾ ਨੇ 113 ਜਿਹੜੇ ਕਿ ਮੈਡਲ ਜਿੱਤੇ ਨੇ ਇਹਨਾਂ ਮੈਡਲਾਂ ਦੇ ਵਿੱਚ ਸੋਨੇ ਦੇ, ਚਾਂਦੀ ਦੇ ਤੇ ਕਾਂਸੇ ਦੇ ਜਿਹੜੇ ਕਿ ਮੈਡਲ ਸ਼ਾਮਲ ਨੇ। ਦੂਸਰੇ ਨੰਬਰ ਤੇ ਚైనా ਚైనా ਨੇ ਟੋਟਲ 88 ਜਿੱਤੇ ਨੇ ਜੀ। ਜਾਪਾਨ ਨੇ 58, ਯੂਕੇ ਨੇ 65, ਰੂਸ ਨੇ 71। ਰੂਸ ਨੂੰ 올림픽 ਖੇਡਾਂ ਦੇ ਵਿੱਚ ਐਂਟਰੀ ਨਹੀਂ ਹੈਗੀ ਤੇ ਇੱਥੇ ਇੱਕ ਕਮਿਊਨਿਟੀ ਬਣਾਈ ਹੋਈ ਆ ਉਹੋ ਜਿਹੜਾ ਕਿ ਇਹ ਰੂਸ ਦਾ ਨਾਮ ਇਸਤੇਮਾਲ ਕਰਕੇ ਖੇਡਦੇ ਨੇ। ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਵਾਲਿਆਂ ਨੇ 46 ਪੇ ਬਾ ਇੱਕ ਕੰਟਰੀ ਹੈ ਜੀ। ਉਹਨਾਂ ਨੇ 33 ਫ੍ਰਾਂਸ 8ਵੇਂ ਨੰਬਰ ਤੇ ਆ অলਪਿਕ ਖੇਡਣ ਦੇ ਵਿੱਚ ਰਿਹਾ ਹੈ ਆ 33 ਜਿਹੜੇ ਕਿ 33 ਮੈਡਲ ਫ੍ਰਾਂਸ ਨੇ ਹਾਸਲ ਕੀਤੇ ਨੇ ਤੇ 9ਵੇਂ ਨੰਬਰ ਤੇ ਜਰਮਨ ਆ ਜੀ ਇਸ ਨੇ 37 ਤੇ ਇਟਲੀ 10ਵੇਂ ਨੰਬਰ ਤੇ ਇਹਨਾਂ ਨੇ 40 ਟੋਟਲ ਜਿਹੜੇ ਕਿ ਮੈਡਲ ਕਾਊਂਟ ਕੀਤੇ ਨੇ ਤੇ ਇਹਨਾਂ ਦੇ ਵਿੱਚ ਜਿਹੜੀਆਂ ਕੰਟਰੀਆਂ ਨੰਬਰ ਵਾਈਜ਼ ਲੱਗੀਆਂ ਨੇ ਪੋਜੀਸ਼ਨਾਂ ਦੇ ਵਿੱਚ ਹੁਣ ਤੁਸੀਂ ਕਹੋਗੇ ਕਿ ਜੇਕਰ ਇਟਲੀ ਨੇ 10 ਲਏ ਨੇ ਤੇ ਫਰਾਂਸ ਨੇ 33 ਲੈਨੇ ਤੇ ਇਟਲੀ 10ਵੇਂ ਨੰਬਰ ਤੇ ਤੇ ਫਰਾਂਸ 8ਵੇਂ ਨੰਬਰ ਤੇ ਆ ਇਸ ਦਾ ਕਾਰਨ ਇਹ ਕਿ ਫਰਾਂਸ ਨੇ ਸੋਨੇ ਦੇ ਜਿਹੜੇ ਮੈਡਲ ਨੇ ਉਹੋਂ ਜ਼ਿਆਦਾ ਜਿੱਤੇ ਨੇ ਸੋਨੇ ਦੇ ਮੈਡਲ ਜਿੱਤਣ ਜਿਹੜਾ ਜ਼ਿਆਦਾ ਕੰਟਰੀ ਜਿੱਤਦੀ ਹੈ ਉਸ ਨੂੰ ਉਹੀ ਨੰਬਰ ਵਾਈਜ਼ ਜਿਹੜਾ ਕਿ ਪੋਜੀਸ਼ਨ ਕੀਤਾ ਜਾਂਦਾ ਆ ਤੇ ਇੰਡੀਆ ਦੀ ਇਸ ਟਾਈਮ ਪੋਜੀਸ਼ਨ ਰਹੀ ਹੈ ਜੀ 48 ਤੇ 7ਵੇਂ 7 ਯਾਨੀ ਕਿ ਮੈਡਲ ਇੰਡੀਆ ਨੇ ਜਿਹੜੇ ਆ ਕਿ ਹਾਸਲ ਕੀਤੇ ਨੇ ਹਾਕੀ ਦੇ ਵਿੱਚ ਤੇ ਥ्रो ਦੇ ਵਿੱਚ ਪਲਵਾਨੀ ਦੇ ਵਿੱਚ ਤੇ ਹੋਰ ਵੀ ਹੋਣਗੇ ਜਿਨ੍ਹਾਂ ਬਾਰੇ ਮੈਨੂੰ ਨਹੀਂ ਪਤਾ ਤੇ ਪਾਕਿਸਤਾਨ ਦਾ 50 80 ਨੰਬਰ ਦੀ ਲਿਸਟ ਤੋਂ ਵੀ ਥੱਲੇ ਉਸ ਦਾ ਉਸ ਦਾ ਕੋਈ ਵੀ ਜਿਹੜਾ ਕਿ ਨੰਬਰ ਨਹੀਂ ਸੀਗਾ ਵੀ 80 ਕੰਟਰੀਆਂ ਦੀ ਜਿਹੜੀ ਕਿ ਲਿਸਟ ਸੀਗੀ ਤੇ ਅਮੀਰ ਕਰਦੇ ਆ ਕਿ 2024 ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੀਆਂ ਟੀਮਾਂ ਵੀ ਜਿਹੜੀਆਂ ਕਿ ਹਿੱਸਾ ਲੈਣਗੀਆਂ ਜਿਆਦਾ ਤੋਂ ਜਿਆਦਾ ਤੇ ਇਹਨਾਂ ਦਾ ਜਿਹੜਾ ਰੈਂਕ ਆ ਹੋਰ ਉੱਚਾ ਇਹਨਾਂ ਕੰਟਰੀਆਂ ਦਾ ਆਪਣੇ ਮੁਲਕਾਂ ਦਾ ਹੋਵੇਗਾ ਵੀਡੀਓ ਸੌਨ ਬਾਕਸ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ